वॉचिंग NC7 न्यूज हर खबर ते नजर। सब्सक्राइब करो NC7 न्यूज नु ते लेटेस्ट अपडेट पाउन लई प्रेस करो बेल आइकन। ਖੁਸ਼ੀ ਦੇ ਸਮਾਗਮ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਕਿੰਨਰਾਂ ਵੱਲੋਂ ਹਰ ਦੁਕਾਨ ਤੇ ਵਧਾਈ ਲਈ ਜਾਂਦੀ ਹੈ ਅਤੇ ਮੋਟੇ ਪੈਸੇ ਇਕੱਠੇ ਕੀਤੇ ਜਾਂਦੇ ਨੇ। ਕਿੰਨਰਾਂ ਦੀ ਮੋਟੀ ਕਮਾਈ ਨੂੰ ਦੇਖਦਿਆਂ ਹੁਣ ਕਿੰਨਰਾਂ ਦੇ ਭੇਸ ਵਿੱਚ ਮੁੰਡੇ ਵੀ ਆ ਰਹੇ ਨੇ। ਤਾਜ਼ਾ ਮਾਮਲੇ ਵਿੱਚ ਨਾਭਾ ਵਿਖੇ ਕਿੰਨਰਾਂ ਨੇ 18 ਸਾਲਾ ਫਿਰੋਜ਼ ਨਾਮ ਦੇ ਲੜਕੇ ਨੂੰ ਕਿੰਨਰਾਂ ਦੇ ਭੇਸ ਵਿੱਚ ਬਾਜ਼ਾਰ ਵਿੱਚੋਂ ਵਧਾਈ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਕਿੰਨਰਾਂ ਨੇ ਇਸ ਲੜਕੇ ਨੂੰ ਭਰੇ ਬਾਜ਼ਾਰ ਵਿੱਚ ਅਲਫ ਨੰਗਾ ਕਰ ਦਿੱਤਾ ਅਤੇ ਇਸ ਲੜਕੇ ਨੂੰ ਵੇਖ ਕੇ ਹਰ ਕੋਈ ਧੋਖਾ ਖਾ ਗਿਆ ਕਿ ਇਹ ਤਾਂ ਵਾਕਿਆ ਹੀ ਕਿੰਨਰ ਹੈ, ਪਰ ਅਸਲੀ ਚਿਹਰਾ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਡਰਾਮਾ ਦੇਰ ਰਾਤ ਤੱਕ ਚੱਲਦਾ ਰਿਹਾ। ਆਖਿਰ ਕਿੰਨਰ ਦੇ ਭੇਸ ਵਿੱਚ ਬਣੇ ਫਿਰੋਜ਼ ਨੇ ਕਿੰਨਰਾਂ ਤੋਂ ਮਾਫੀ ਮੰਗ ਕੇ ਖੇੜਾ ਛੁਡਵਾਇਆ ਅਤੇ ਬਾਅਦ ਵਿੱਚ ਕਿੰਨਰਾਂ ਨੇ ਇਸ ਲੜਕੇ ਨੂੰ ਪੁਲਿਸ ਹਵਾਲੇ ਕਰ ਦਿੱਤਾ। ਬਾਜੇ ਚ ਨੱਚਦੇ ਹੁੰਦੇ ਸੀ, ਫਿਰ ਮੈਂ ਨਾਭੇ ਆ ਗਏ ਸਿੰਮੀ ਮਾਈ ਕੋਲੇ ਆ ਗਏ ਜੀ, ਤੇ ਉਸ ਤੋਂ ਬਾਅਦ ਮੈਨੂੰ ਨੀ ਪਤਾ ਸੀ ਵੀ ਵਧਾਈਆਂ ਵਧੂਈਆਂ ਲੈਂਦੇ ਵੀ ਚੋਰੀ ਉਹ ਖਟਕੱਲਾ ਚੱਲਦਾ ਜੀ, ਮੈਨੂੰ ਪਤਾ ਨੀ ਸੀ ਜੀ। ਇਸ ਤੋਂ ਬਾਅਦ ਮੈਂ ਨਾਲ ਜਾਂਦੇ ਹੁੰਦੇ ਸੀ ਵਧਾਈਆਂ ਤੇ ਜੀ, ਤੇ ਉਸ ਤੋਂ ਬਾਅਦ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਵਧਾਈਆਂ ਜਾਂਦੇ? ਮੈਨੂੰ ਜੀ ਹੋ ਗਏ 10 ਕੁ ਦਿਨ ਹੋ ਗਏ ਜੀ। ਅੱਛਾ, ਹਾਂਜੀ। ਹਾਂਜੀ ਹਾਂਜੀ, ਦੀਵਾਲੀ ਕਰਕੇ ਜੀ। ਹਾਂਜੀ, ਹਾਂਜੀ ਤੁਸੀਂ ਹੈਗੇ ਤਾਂ ਮੁੰਡੇ? ਹਾਂਜੀ ਮੈਂ ਮੁੰਡਾ ਪੂਰਾ ਜੀ। ਤੁਹਾਡਾ ਕੰਮ ਤਾਂ ਹੈ ਨਹੀਂ? ਨਹੀਂ, ਸਾਡਾ ਕੰਮ ਨਹੀਂ ਹੈ। ਮੰਤਾਂ ਦਾ ਕੰਮ ਹੈ ਜੀ, ਸਾਡਾ ਕੰਮ ਨਹੀਂ ਹੈਗਾ। ਮੇਰਾ ਕੰਮ ਨਹੀਂ ਜੀ, ਮੈਂ ਮੰਤ ਨਹੀਂ ਹੈਗਾ ਜੀ, ਮੈਂ ਮੁੰਡਾ ਜੀ। ਤੁਸੀਂ ਕੰਮ ਕਿਉਂ ਕਰ ਰਹੇ ਜੀ? ਹਾਂਜੀ ਹਾਂਜੀ, ਕੁੜੀਆਂ ਇੱਕ ਜੀ, ਕੁੜੀਆਂ ਵਰਗਾ ਜੀ, ਮੈਨੂੰ ਐ ਨੀ ਪਤਾ ਜੀ ਮੁੰਡਾ ਕੀ ਆ ਜੀ, ਮੈਨੇ ਦੇਖਿਆ ਨੀ ਹੈਗਾ। ਤਨਵੀਰ ਇੱਕ ਜੀ, ਤਨਵੀਰ ਆ ਜੀ। ਹਾਂਜੀ, ਮੈਂ ਜੀ ਬੜੀ ਬਿੰਜੋਗੇ ਦਾ ਬੱਚਾ ਜੀ, ਬੜੀ ਬਿੰਜੋਗੇ ਦਾ ਬੱਚਾ। ਮੈਨੂੰ ਮਾਰ ਦਿਓ ਜੀ, ਕਿਤੇ ਵੀ ਨੀ, ਜੇ ਕਿਤੇ ਵੀ ਦਿਖੂ ਬਸ, ਚਾਹੇ ਮੈਨੂੰ ਮਾਰ ਦਿਓ ਜੀ ਇੱਕ ਵਾਰੀ, ਮੈਨੂੰ ਮੰਥ ਮਾਫ ਕਰ ਜੋ ਮੈਂ ਆਪਣਾ ਲਿੰਕ ਕਰਵਾਵਾਂ ਵੀ ਆਪ ਮਾਫ। ਤੇ ਗੱਲ ਇਹ ਜੇਲ੍ਹ ਚ ਕਰੇ ਜਾਣ ਜੇ ਮੁੰਡੇ ਜਿਹੜੇ ਐਵੇਂ ਕੰਮ ਕਰਦੇ ਨੇ? ਪਟਿਆਲੇ ਚ ਫੜੇ ਗਏ ਨਾ? ਕਿੰਨੇ ਪਟਿਆਲੇ ਚ ਫੜੇ ਗਏ? 6-7 ਐਵੇਂ ਮੁੰਡੇ ਸੀਗੇ, ਗਵਰਨਮੈਂਟ ਤੇ ਪੁਲਿਸ ਵਾਲੇ ਤੇ ਹਮਲਾ ਕਰ ਰਹੇ ਸੀ, ਇਹਨਾਂ ਵਰਗੇ ਮੁੰਡੇ ਮੰਥ ਨਹੀਂ ਪੁਲਿਸ ਵਾਲੇ ਤੇ ਹਮਲਾ ਕਰਦੇ, ਇਹੋ ਜਿਹੇ ਮੁੰਡੇ ਕਰਦੇ ਨੇ, ਹੱਥ ਚੁੱਕਦੇ ਮੰਥ ਨਹੀਂ ਕਿਸੇ ਦੇ ਹੱਥ ਚੱਕਿਆ ਕਰਦੇ, ਠੀਕ ਹੈ ਨਾ? ਇਹੋ ਜਿਹੇ ਮੁੰਡੇ ਚੱਕਦੇ ਨੇ ਹੱਥ, ਪਿੱਛੇ ਤੇ ਕਿਸੇ ਚੈਨ ਤੋੜੀਏ, ਕਿਸੇ ਦੇ ਮੁੰਡੇ ਲਾਈਏ, ਕਿਸੇ ਦੇ ਚੱਲਦਾ ਪੈਸੇ ਲਈਏ, ਸਾਡਾ ਕੱਲ ਸਾਰੇ ਬਾਜ਼ਾਰ ਮੰਗ ਕੇ ਲੈ ਗਏ। ਅਸੀਂ ਫਿਰ ਅਸੀਂ ਰਾਮਲੀਲੇ ਵਾਲੇ ਨਾਲ ਤੇ ਸਾਰੇ ਬਾਜ਼ਾਰ ਸਾਡਾ ਮੰਗ ਕੇ ਲੈ ਗਏ ਕਿ ਸਿੰਮੀ ਹੈ ਅਕਬਰ, ਉਹ ਇੱਥੋਂ ਦਾ ਹੈ ਪਟਿਆਲੇ ਦਾ ਮੁੰਡਾ ਪੰਕਜ ਕੁਮਾਰ ਉਰਫ ਪੰਕਜ ਕੁਮਾਰ, ਸਿੰਮੀ ਬਣਿਆ ਫਿਰਦਾ ਉਹ ਵੀ ਇੱਥੋਂ ਦਾ ਮੁੰਡਾ ਧਾਨਕਿਆਂ ਦਾ, ਇੱਕ ਬੱਚੇ ਦਾ ਬਾਪ, ਇੱਕ ਕੁੜੀ ਉਹਦੀ ਜਨਾਨੀ ਬਹੁਤ ਰੋਂਦੀ ਹੈ, ਠੀਕ ਹੈ? ਉਹ ਵੀ ਗਲਤ ਕੰਮ ਇਸ ਤੋਂ ਇਹਨਾਂ ਨੂੰ ਕਰਵਾ ਰਿਹਾ, ਸੁਨਾਮ ਵਿਆਹਿਆ ਉਹ, ਇਹਨਾਂ ਤੋਂ ਗਲਤ ਕੰਮ ਕਰਵਾਉਂਦਾ ਉਹ। ਹਾਂਜੀ, ਅਸੀਂ ਇਹ ਮੰਗ ਕਰਦੇ ਹਾਂ ਨਕਲੀ ਵੀ ਨਕਲੀ ਖੁਸਰੇ ਫੜੇ ਜਾਣ। ਕਿੰਨਰਾਂ ਦਾ ਕਹਿਣਾ ਹੈ ਕਿ ਅਸੀਂ ਅਸਲੀ ਕਿੰਨਰ ਹਾਂ, ਅਸੀਂ ਹੀ ਵਧਾਈ ਲੈਣ ਦੇ ਹੱਕਦਾਰ ਹਾਂ, ਪਰ ਲੜਕੇ ਦੇ ਭੇਸ ਵਿੱਚ ਕਿੰਨਰ ਬਣ ਕੇ ਵਧਾਈ ਲੈਣਾ ਇਹ ਸ਼ਰੇਆਮ ਕਰਦਾ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿੰਨਰਾਂ ਦੇ ਭੇਸ ਵਿੱਚ ਫਿਰ ਰਹੇ ਅਜਿਹੇ ਲੜਕਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ।